ਹੈਲੋ ਸਟੂਡੈਂਟਸ, ਵੈਲਕਮ ਟੂ ਐਜੂਕੇਸ਼ਨ ਟ੍ਰੀ ਅਕੈਡਮੀ। ਐਜ਼ ਪੰਜਾਬ ਪੀ ਸੀ ਐੱਸ 2024 ਨੋਟੀਫਿਕੇਸ਼ਨ ਕੈਨ ਬੀ ਆਊਟ ਐਨੀ ਟਾਈਮ ਸੂਨ, ਤਾਂ ਤੁਹਾਡੀ ਪੰਜਾਬ ਪੀ ਸੀ ਐੱਸ ਦੀ ਪ੍ਰੈਪਰੇਸ਼ਨ ਨੂੰ ਸਟਰੈਂਥਨ ਕਰਨ ਦੇ ਲਈ ਵੀ ਹੈਵ ਸਟਾਰਟਿਡ ਏ ਫਰੀ ਇਨੀਸ਼ੀਏਟਿਵ ਇਨ ਦਾ ਫੋਰਮ ਆਫ ਕਿ ਤੁਹਾਨੂੰ ਜਿਹੜੇ ਪ੍ਰੀਵੀਅਸ ਈਅਰ ਕੁਸ਼ਚਨ ਪੇਪਰਸ ਹੈ ਪਾਰਟੀਕੁਲਰ ਸਬਜੈਕਟ ਵਾਈਜ਼, ਉਹ ਅਸੀਂ ਡਿਵਾਈਜ਼ ਕਰਕੇ ਤੁਹਾਨੂੰ ਦੱਸ ਸਕੀਏ ਕਿ ਕਿਸ ਟਾਈਪ ਦੇ ਕੁਸ਼ਚਨਸ ਐਕਸਪੈਕਟਡ ਨੇ, ਤਾਂ ਤੁਹਾਡੀ ਜਿਹੜੀ ਪ੍ਰੈਪਰੇਸ਼ਨ ਹੈ ਉਹ ਕਿਸ ਟਾਈਪ ਨਾਲ ਚੱਲਣੀ ਚਾਹੀਦੀ ਹੈ। ਠੀਕ ਹੈ ਜੀ। ਸੋ ਆਲਰੇਡੀ ਇੱਕ ਵੀਡੀਓ ਦੇ ਅੰਦਰ ਅਸੀਂ 2012 ਦੇ ਜਿਹੜੇ ਪੋਲਿਟੀ ਦੇ ਕੁਸ਼ਚਨਸ ਨੇ ਉਹ ਸਾਰੇ ਡਿਸਕਸ ਕਰ ਚੁੱਕੇ ਹਾਂ, ਤਾਂ ਤੁਸੀਂ ਉਹ ਦੇਖ ਸਕਦੇ ਹੋ। ਡਿਸਕ੍ਰਿਪਸ਼ਨ ਦੇ ਅੰਦਰ ਵੀ ਤੁਹਾਨੂੰ ਉਹ ਵੀਡੀਓ ਪ੍ਰੋਵਾਈਡ ਹੋ ਜੂਗੀ। ਨਾ ਉਹ ਐਸ ਸ਼ੋਨ ਇਨ ਯੋਰ ਸਕਰੀਨ ਕਿ ਆਪਾਂ ਪੰਜਾਬ ਪੀ ਸੀ ਐੱਸ 2013 ਦੇ ਕੁਸ਼ਚਨਸ ਨੇ ਜਿਹੜੇ ਉਹ ਡਿਸਕਸ ਕਰਨੇ ਆ। ਠੀਕ ਹੈ ਜੀ। ਪੋਲਿਟੀ ਦੇ ਹੀ ਆਪਾਂ 2012 ਦੇ ਜਿਹੜੇ ਕੁਸ਼ਚਨਸ ਨੇ ਉਹ ਡਿਸਕਸ ਕੀਤੇ ਆ। ਸੋ ਦੇਖੋ, ਪਹਿਲਾ ਕੁਸ਼ਚਨ ਹੈ ਜਿਹੜਾ ਕਿ ਇਨ ਕੇਵਰੀ ਰੀਵਰ ਵਾਟਰ ਡਿਸਪਿਊਟ ਦਾ ਡਿਟਰਮੀਨੇਸ਼ਨ ਆਫ ਸ਼ੇਅਰ ਆਫ ਵਾਟਰਸ ਆਫ ਰੀਵਰ ਕਾਵਰੀ ਇਜ਼ ਰਿਗਾਰਡਿਡ ਵਿਚ ਆਫ ਦਾ ਫੋਲੋਇੰਗ ਸਟੇਟਸ ਸਲੈਸ਼ ਯੂਨੀਅਨ ਟੈਰੀਟਰੀ। ਤਾਂ ਪੰਜਾਬ ਪੀ ਸੀ ਐੱਸ 2013 ਪੋਲਿਟੀ ਦਾ ਕੁਸ਼ਚਨ ਹੈ। ਦੇਖੋ, ਹੁਣ ਤੁਸੀਂ ਇੱਕ ਚੀਜ਼ ਧਿਆਨ ਰੱਖੋ, ਜੇ ਤੁਸੀਂ ਇਸ ਕੁਸ਼ਚਨ ਨੂੰ ਕਰ ਰਹੇ ਹੋ, ਵੈਸੇ ਤਾਂ ਤੁਹਾਨੂੰ ਸਾਰੇ ਇੰਟਰਸਟੇਟ ਵਾਟਰ ਡਿਸਪਿਊਟਸ ਨੇ ਜਿਹੜੇ ਉਹ ਪਤਾ ਹੋਣੇ ਚਾਹੀਦੇ ਨੇ, ਆਪਾਂ ਰਿਵਾਈਜ਼ ਵੀ ਕਰ ਲੈਂਦੇ ਹਾਂ। ਬਟ ਇਹ ਕੁਸ਼ਚਨ ਆਇਆ ਕਿਉਂ? ਕਿਉਂਕਿ 2012 ਅਤੇ 2013 ਦੇ ਵਿੱਚ ਸੁਪਰੀਮ ਕੋਰਟ ਦੀ ਬਹੁਤ ਜੱਜਮੈਂਟ ਸੀਗੀਆਂ ਕਵੇਰੀ ਵਾਟਰ ਡਿਸਪਿਊਟ ਦੇ ਉੱਪਰ। ਸੋ ਦੈਟ ਇਜ਼ ਵਾਈ ਦੇ ਹੈਵ ਫਰੇਮਡ ਐਨ ਕੁਸ਼ਚਨ। ਤਾਂ ਤੁਸੀਂ ਕੀ ਹੈ, ਜੋ ਕਰੰਟ ਟੋਪਿਕਸ ਨਿਊਜ਼ 'ਚ ਨੇ ਨਾ ਪੋਲਿਟੀ ਦੇ, ਤਾਂ ਉਹ ਸਾਰੇ ਤੁਹਾਨੂੰ ਕਲੀਅਰ ਹੋਣੇ ਚਾਹੀਦੇ, ਉਹਨਾਂ ਦੇ ਕੰਸੈਪਟ ਫੈਕਟਸ ਪਲੱਸ ਐਵਰੀ ਲੋਜਿਕ। ਤਾਂ ਦੇਖੋ, ਜੇ ਕਵੇਰੀ ਵਾਟਰ ਡਿਸਪਿਊਟ ਨੂੰ ਦੇਖੋਗੇ, ਕੇਰਲਾ, ਪੁਡੂਚਰੀ, ਕਰਨਾਟਕਾ, ਇਹ ਤਿੰਨਾਂ ਦੇ ਵਿੱਚ ਡਿਸਪਿਊਟ ਹੈ, ਆਂਧਰਾ ਪ੍ਰਦੇਸ਼ ਤਾਂ ਕੋਈ ਰੋਲ ਨਹੀਂ ਹੈ। ਸੋ ਦਾ ਰਾਈਟ ਆਂਸਰ ਵਿਲ ਬਿਕਮ ਵਟ ਬੀ, ਦੈਟ ਇਜ਼ 1, 2, and 3। ਤਾਂ ਦੇਖੋ, ਆਹ ਸਾਰੇ ਵਾਟਰ ਡਿਸਪਿਊਟਸ ਟ੍ਰਿਬਿਊਨਲ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਗੋਦਾਵਰੀ, ਇਹਨੂੰ ਜੋਗ੍ਰਫੀ ਨਾਲ ਲਿੰਕ ਕਰਕੇ ਵੀ ਪੜ੍ਹ ਸਕਦੇ ਹੋ ਤੁਸੀਂ। ਮਹਾਰਾਸ਼ਟਰਾ, ਆਂਧਰਾ, ਕਰਨਾਟਕਾ, ਐਮ ਪੀ ਐਂਡ ਉੜੀਸਾ, ਇਹਨਾਂ ਦੇ ਵਿੱਚ ਇਹ ਵਾਟਰ ਡਿਸਪਿਊਟ ਹੈ ਗੋਦਾਵਰੀ ਨੂੰ ਲੈ ਕੇ। ਇਹ ਸਟੇਟਸ ਦੇ ਵਿੱਚ ਕ੍ਰਿਸ਼ਨਾ ਵਾਟਰ ਡਿਸਪਿਊਟ ਟ੍ਰਿਬਿਊਨਲ, ਮਹਾਰਾਸ਼ਟਰਾ, ਆਂਧਰਾ ਪ੍ਰਦੇਸ਼ ਐਂਡ ਕਰਨਾਟਕਾ। ਸਿਮਿਲਰਲੀ, ਨਰਮਦਾ ਵਾਟਰ ਡਿਸਪਿਊਟ ਟ੍ਰਿਬਿਊਨਲ ਇਜ਼ ਬਿਟਵੀਨ ਰਾਜਸਥਾਨ, ਐਮ ਪੀ, ਗੁਜਰਾਤ ਐਂਡ ਮਹਾਰਾਸ਼ਟਰਾ। ਰਾਵੀ ਐਂਡ ਬਿਆਸ ਵਾਟਰ ਟ੍ਰਿਬਿਊਨਲ, ਪੰਜਾਬ, ਹਰਿਆਣਾ ਐਂਡ ਰਾਜਸਥਾਨ। ਕ੍ਰਿਸ਼ਨਾ ਵਾਟਰ ਡਿਸਪਿਊਟ ਟ੍ਰਿਬਿਊਨਲ, ਕਰਨਾਟਕਾ, ਤੇਲੰਗਾਨਾ, ਆਂਧਰਾ ਪ੍ਰਦੇਸ਼ ਐਂਡ ਮਹਾਰਾਸ਼ਟਰਾ। ਸੋ ਆਂਧਰਾ ਪ੍ਰਦੇਸ਼ ਕਿੱਥੇ ਸੀਗਾ? ਕ੍ਰਿਸ਼ਨਾ ਵਾਟਰ ਡਿਸਪਿਊਟ ਟ੍ਰਿਬਿਊਨਲ ਦੇ ਵਿੱਚ ਸੀ। ਵੰਸ਼ਧਾਰਾ ਵਾਟਰ ਡਿਸਪਿਊਟ ਟ੍ਰਿਬਿਊਨਲ ਬਿਟਵੀਨ ਆਂਧਰਾ ਪ੍ਰਦੇਸ਼ ਐਂਡ ਉੜੀਸਾ। ਮਹਾਦੇਈ ਵਾਟਰ ਡਿਸਪਿਊਟ ਟ੍ਰਿਬਿਊਨਲ ਬਿਟਵੀਨ ਗੋਆ, ਕਰਨਾਟਕਾ ਐਂਡ ਮਹਾਰਾਸ਼ਟਰਾ। ਸੋ ਦਾ ਰਾਈਟ ਆਂਸਰ ਵਿਲ ਬੀ, ਹੁਣ ਦੇਖੋ ਆਹ ਕੁਸ਼ਚਨ ਆਇਆ, ਕਵੇਰੀ ਵਾਟਰ ਡਿਸ, ਤਿੰਨ ਸਟੇਟਸ ਅਤੇ ਇੱਕ ਯੂਟੀ ਹੈ, ਕੇਰਲਾ, ਕਰਨਾਟਕਾ, ਤਾਮਿਲਨਾਡੂ ਐਂਡ ਪੁਡੂਚਰੀ। ਸੋ ਇਨ ਦਿਸ ਕੇਸ ਦਾ ਆਂਸਰ ਵਿਲ ਬਿਕਮ ਵਟ, 1, 2, and 3। ਠੀਕ ਹੈ ਜੀ। ਨਾਓ ਨੈਕਸਟ ਕੁਸ਼ਚਨ, 98th ਕੰਸਟੀਟਿਊਸ਼ਨਲ ਅਮੈਂਡਮੈਂਟ ਐਕਟ ਹੈ ਜਿਹੜਾ 2012, ਨਾਓ ਅਗੇਨ ਕਰੰਟ ਅਫੇਅਰਸ ਦੇ ਵਿੱਚ ਬੇਸਡ ਕੁਸ਼ਚਨ, ਕਿ ਇੱਕ ਨਵਾਂ ਆਰਟੀਕਲ ਐਡ ਹੋਇਆ, ਕਿਹੜਾ ਆਰਟੀਕਲ? 371J। ਤਾਂ ਇਹ ਆਰਟੀਕਲ 371J ਹੈ ਜਿਹੜਾ, ਇਹ ਕਿਸ ਨਾਲ ਰਿਲੇਟਡ ਹੈ? ਸੋ ਇਟਸ ਐਨ ਵੈਰੀ ਈਜ਼ੀ ਕੁਸ਼ਚਨ, ਜੇ ਤੁਸੀਂ ਇਸ ਕੁਸ਼ਚਨ ਨੂੰ ਉਹ ਕਰੋਗੇ। ਸੋ ਦਾ ਰਾਈਟ ਆਂਸਰ ਵਿਲ ਬੀ ਕਰਨਾਟਕਾ ਐਂਡ ਹੈਦਰਾਬਾਦ। ਠੀਕ ਹੈ। ਸੋ ਇਸ ਕੇਸ ਦੇ ਵਿੱਚ ਦੇਖੋ ਕੀ ਹੈ, ਤੁਹਾਨੂੰ ਹੁਣ ਪਤਾ ਹੋਣਾ ਚਾਹੀਦਾ, 97th ਕੰਸਟੀਟਿਊਸ਼ਨਲ ਅਮੈਂਡਮੈਂਟ ਤੋਂ ਲੈ ਕੇ 106th ਕੰਸਟੀਟਿਊਸ਼ਨਲ ਅਮੈਂਡਮੈਂਟ ਐਕਟ,
ਕਿਉਂਕਿ ਹੁਣ ਜਿਹੜੀ ਰੀਸੈਂਟ ਅਮੈਂਡਮੈਂਟ ਹੋਈ ਆ ਵੂਮੈਨ ਰਿਜ਼ਰਵੇਸ਼ਨ ਬਿੱਲ ਦੇ ਉੱਪਰ, ਉਹ ਕਿਹੜੀ ਅਮੈਂਡਮੈਂਟ ਹੈ 106, ਤਾਂ ਹੁਣ ਤੱਕ ਕੰਸਟੀਟਿਊਸ਼ਨ ਦੇ ਵਿੱਚ ਕਿੰਨੀ ਜਿਹੜੀ ਅਮੈਂਡਮੈਂਟਸ ਨੇ ਉਹ ਹੋ ਚੁੱਕੀਆਂ ਕੰਸਟੀਟਿਊਸ਼ਨਲੀ, ਦੈਟ ਇਜ਼ 106। ਤਾਂ ਆਪਾਂ ਸਾਰੀ ਇੱਕ ਵਾਰ ਰਿਵਾਈਜ਼ ਕਰਾਂਗੇ ਸਟਾਰਟਿੰਗ ਫਰੋਮ 97। ਤਾਂ ਦੇਖੋ 97th ਅਮੈਂਡਮੈਂਟ ਐਕਟ ਕੀ ਹੈ? ਕੋਆਪਰੇਟਿਵ ਸੁਸਾਇਟੀਜ਼, ਕੋਆਪਰੇਟਿਵ ਸੁਸਾਇਟੀਜ਼ ਐਡ ਹੋਈਆਂ, ਉਹਨਾਂ ਨੇ ਫੰਡਾਮੈਂਟਲ ਰਾਈਟਸ ਦੇ ਵਿੱਚ ਵੀ ਕੀ ਹੈ ਨਵਾਂ ਆਰਟੀਕਲ ਇਨਕਲੂਡ ਕੀਤਾ, ਦੈਟ ਇਜ਼ ਆਰਟੀਕਲ 19 ਕਲੋਜ਼ 1 ਸਬ ਕਲੋਜ਼ ਸੀ, ਐਜ ਵੈਲ ਐਜ਼ ਪਾਰਟ 9B ਐਡ ਹੋਇਆ। ਲਾਸਟ ਵੀਡੀਓ ਦੇ ਵਿੱਚ ਜੇ ਤੁਸੀਂ ਦੇਖੀ ਹੈ, ਤੁਸੀਂ ਦੇਖਿਓ ਪੰਚਾਇਤ ਮਿਊਨਿਸਪੈਲਿਟੀਜ਼ 'ਤੇ ਕੁਸ਼ਚਨ ਆਏ ਹੋਏ ਨੇ ਕਿ 11th ਸ਼ਡਿਊਲ ਕਿਸ ਚੀਜ਼ ਨਾਲ ਐਸੋਸੀਏਟਿਡ ਹੈ, 2012 ਦਾ ਜਿਹੜਾ ਪੇਪਰ ਹੋਇਆ। ਸੋ ਇੱਕ ਨਵਾਂ ਆਰਟੀਕਲ ਐਡ ਕੀਤਾ ਗਿਆ 43B, ਦੈਟ ਇਜ਼ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ। ਸੋ ਜਿਹੜੀ 97th ਅਮੈਂਡਮੈਂਟ ਹੈ, ਇਟ ਇਜ਼ ਐਸੋਸੀਏਟਿਡ ਵਿਦ ਵਟ? ਕੋਆਪਰੇਟਿਵ ਸੁਸਾਇਟੀਜ਼। ਤਾਂ ਕੋਆਪਰੇਟਿਵ ਸੁਸਾਇਟੀਜ਼ ਦੇ ਨਾਲ ਨਾਲ ਆਰਟੀਕਲ 19 ਕਲੋਜ਼ 1 ਸਬ ਕਲੋਜ਼ ਸੀ, ਦੈਟ ਇਜ਼ ਫੰਡਾਮੈਂਟਲ ਰਾਈਟਸ, ਆਰਟੀਕਲ 43B ਡਾਇਰੈਕਟਿਵ ਪ੍ਰਿੰਸੀਪਲਸ ਵਰ ਆਲਸੋ ਐਡਿਡ। ਨਾ ਉਹ ਦੇਖੋ ਜਿਹੜਾ ਕੁਸ਼ਚਨ ਫਰੇਮ ਕੀਤਾ, 98th ਅਮੈਂਡਮੈਂਟ ਐਕਟ, ਦੈਟ ਇਜ਼ 371J, ਇਟ ਇਜ਼ ਰਿਲੇਟਿਡ ਟੂ ਕਰਨਾਟਕਾ ਐਂਡ ਹੈਦਰਾਬਾਦ ਰੀਜਨ ਵਿੱਚ ਵਾਜ਼ ਆਸਟ। 99th ਕੰਸਟੀਟਿਊਸ਼ਨ ਅਮੈਂਡਮੈਂਟ ਕਿਹਦੇ ਨਾਲ? ਐਨਜੈਕ, ਨੈਸ਼ਨਲ ਜੁਡੀਸ਼ੀਅਲ ਅਪੁਆਇੰਟਮੈਂਟ ਕਮਿਸ਼ਨ। ਇੰਡੀਆ ਦੇ ਵਿੱਚ ਕੀ ਹੈ? ਕੁਲੀਜੀਅਮ ਸਿਸਟਮ ਹੈ, ਮਤਲਬ ਜੱਜਿਜ਼ ਆਰ ਅਪੁਆਇੰਟਡ ਬਾਏ ਜੱਜਿਸ। ਉਸ ਚੀਜ਼ ਨੂੰ ਰਿਪਲੇਸ ਕਰਨ ਦੇ ਲਈ ਗਵਰਨਮੈਂਟ ਕੀ ਲੈ ਕੇ ਆਈ ਸੀ? ਐਨਜੈਕ, ਦੈਟ ਇਜ਼ ਨੈਸ਼ਨਲ ਜੁਡੀਸ਼ੀਅਲ ਅਪੁਆਇੰਟਮੈਂਟ ਕਮਿਸ਼ਨ, ਜਿਹਨੂੰ ਸੁਪਰੀਮ ਕੋਰਟ ਨੇ ਕੀ ਕਰ ਦਿੱਤਾ? ਨਲ ਐਂਡ ਵੋਇਡ। 100th ਅਮੈਂਡਮੈਂਟ, ਆਲਵੇਜ਼ ਇੰਪੋਰਟੈਂਟ ਜੇ 100th ਹੈ। 100th ਅਮੈਂਡਮੈਂਟ ਕਿਸ ਚੀਜ਼ ਨਾਲ ਡੀਲ ਕਰਦੀ ਹੈ? ਦੈਟ ਇਜ਼ ਲੈਂਡ ਬਾਉਂਡਰੀ ਐਗਰੀਮੈਂਟ ਬਿਟਵੀਨ ਬਾਂਗਲਾਦੇਸ਼ ਐਂਡ ਇੰਡੀਆ। ਤਾਂ ਇਸ ਅਮੈਂਡਮੈਂਟ ਦੇ ਅਕੋਰਡਿੰਗਲੀ ਕੀ ਹੋਇਆ? ਇੰਡੀਆ ਨੇ 51 ਇਨਕਲੇਵਸ ਨੇ ਜਿਹੜੇ ਉਹ ਕੀ ਹੈ ਬਾਂਗਲਾਦੇਸ਼ ਤੋਂ ਲਏ ਹੈ, ਅਤੇ ਇੰਡੀਆ ਨੇ ਐਕਸਚੇਂਜ ਦੇ ਵਿੱਚ ਕਿੰਨੇ ਦਿੱਤੇ? 111 ਇੰਡੀਅਨ ਇਨਕਲੇਵ ਵਿੱਚ ਵਾਜ਼ ਗਿਵਨ ਟੂ ਵਟ? ਬਾਂਗਲਾਦੇਸ਼। ਸੋ ਇਹ 100th ਕੰਸਟੀਟਿਊਸ਼ਨ ਅਮੈਂਡਮੈਂਟ ਐਕਟ ਹੈ। 101st, ਵੈਰੀ ਈਜ਼ੀ, ਰਿਲੇਟਿਡ ਟੂ GST। 102nd ਕੌਂਸਟੀਟਿਊਸ਼ਨ ਅਮੈਂਡਮੈਂਟ ਕੀ ਹੈ? ਕਿ ਨੈਸ਼ਨਲ ਕਮਿਸ਼ਨ ਫੋਰ ਬੈਕਵਰਡ ਕਲਾਸਿਸ ਨੂੰ ਕੀ ਬਣਾਇਆ ਗਿਆ? ਇੱਕ ਕੌਂਸਟੀਟਿਊਸ਼ਨਲ ਬੋਡੀ, NCSC, ਦੈਟ ਇਜ਼ ਨੈਸ਼ਨਲ ਕਮਿਸ਼ਨ ਫੋਰ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬਸ, ਆਲਰੇਡੀ ਕੀ ਸੀ ਕਿ ਕੰਸਟੀਟਿਊਸ਼ਨਲ ਬੋਡੀਜ਼ ਸੀਗੀਆਂ। ਤਾਂ ਨੈਸ਼ਨਲ ਕਮਿਸ਼ਨ ਫੋਰ ਬੈਕਵਰਡ ਕਲਾਸਿਸ ਨੂੰ ਕੰਸਟੀਟਿਊਸ਼ਨਲ ਬੋਡੀ ਕਿਸ ਅਮੈਂਡਮੈਂਟ ਨਾਲ ਬਣਾਇਆ ਗਿਆ? 102। 103 ਅਮੈਂਡਮੈਂਟ ਐਕਟ, ਅਗੇਨ ਵੈਰੀ ਈਜ਼ੀ, EWS ਇਕੋਨਮੀਕਲੀ ਵੇਕਰ ਸੈਕਸ਼ਨ ਨੂੰ ਕੀ ਹੈ? 10% ਰਿਜ਼ਰਵੇਸ਼ਨ ਪ੍ਰੋਵਾਈਡ ਹੋਈ ਹੈ। 104th ਕੰਸਟੀਟਿਊਸ਼ਨ ਅਮੈਂਡਮੈਂਟ ਐਕਟ, ਦੇਖੋ ਜਿਹੜੀ ਰਿਜ਼ਰਵੇਸ਼ਨ ਹੈ, ਪੋਲੀਟੀਕਲ ਰਿਜ਼ਰਵੇਸ਼ਨ ਹੈ ਲੋਕ ਸਭਾ ਦੇ ਵਿੱਚ, ਕਿ 10-10 ਸਾਲ ਲਈ ਉਹ ਐਕਸਟੈਂਡ ਹੁੰਦੀ ਹੈ, ਤਾਂ 72 ਕੀ ਕਰ ਦਿੱਤਾ ਗਿਆ ਹੈ? ਇਟ ਹੈਜ਼ ਐਕਸਟੈਂਡਿਡ ਦਾ ਟਾਈਮ ਲਿਮਿਟ ਫੋਰ ਟਰਮੀਨੇਟਿੰਗ SC and ST ਸੀਟਸ ਇਨ ਦਾ ਹਾਊਸ ਆਫ ਕਾਮਨਸ ਐਂਡ ਸਟੇਟ ਲੈਜੀਸਲੇਚਰ ਫਰੋਮ 70 to 80 ਈਅਰਸ। ਠੀਕ ਹੈ ਜੀ, ਤਾਂ 10 ਸਾਲ ਲਈ ਹੋਰ ਐਕਸਟੈਂਡ ਕਰ ਦਿੱਤੀ ਗਈ ਹੈ ਰਿਜ਼ਰਵੇਸ਼ਨ। ਤਾਂ ਤੁਸੀਂ ਯਾਦ ਰੱਖਣਾ, ਜਿਹੜੀ ਇਹ ਰਿਜ਼ਰਵੇਸ਼ਨ ਹੈ, ਇਟ ਇਜ਼ ਨੋਟ ਐਪਲੀਕੇਬਲ ਇਨ ਕੇਸ ਆਫ ਵਟ? ਰਾਜ ਸਭਾ ਔਰ ਵਿਧਾਨ ਸਭਾ, ਜਿਹੜੀ SC ST ਰਿਜ਼ਰਵੇਸ਼ਨ ਹੈ, ਇਹ ਐਪਲੀਕੇਬਲ ਕਿੱਥੇ ਹੈ? ਐਪਲੀਕੇਬਲ ਹੈ ਜਾਂ ਤਾਂ ਲੋਕ ਸਭਾ ਦੇ ਵਿੱਚ, ਜਾਂ ਕਿੱਥੇ ਹੈ? ਵਿਧਾਨ ਸਭਾ ਦੇ ਵਿੱਚ। ਅਤੇ ਐਂਗਲੋ ਇੰਡੀਅਨਸ ਨੂੰ ਰੀਪ੍ਰਜੈਂਟੇਸ਼ਨ ਸੀਗੀ ਅੰਡਰ ਆਰਟੀਕਲ 331, ਕਿ 2 ਐਂਗਲੋ ਇੰਡੀਅਨਸ ਕੌਣ ਅਪੁਆਇੰਟ ਕਰ ਸਕਦਾ? ਪ੍ਰੈਜ਼ੀਡੈਂਟ। ਤਾਂ ਇਸ ਚੀਜ਼ ਨੂੰ ਰਿਮੂਵ ਕਰ ਦਿੱਤਾ ਗਿਆ ਕਿਹੜੀ ਅਮੈਂਡਮੈਂਟ ਦੇ ਨਾਲ? 104th ਕੰਸਟੀਟਿਊਸ਼ਨ ਅਮੈਂਡਮੈਂਟ ਐਕਟ ਦੇ ਨਾਲ। 105th ਕੰਸਟੀਟਿਊਸ਼ਨ ਅਮੈਂਡਮੈਂਟ ਐਕਟ ਕੀ ਹੈ? ਦੇਖੋ
ਜਦੋਂ ਨੈਸ਼ਨਲ ਕਮਿਸ਼ਨ ਫੋਰ ਬੈਕਵਰਡ ਕਲਾਸਿਸ ਨੂੰ ਕੰਸਟੀਟਿਊਸ਼ਨਲ ਬੋਡੀ ਬਣਾਇਆ ਗਿਆ ਸੀ ਤਾਂ ਸਟੇਟਸ ਤੋਂ ਪਾਵਰ ਖੋਲੀਆਂ ਸੀਗੀਆਂ ਸੈਂਟਰ ਨੇ, ਤਾਂ ਉਹਨੂੰ ਵਾਪਸ 'ਚ ਰੀਸਟੋਰ ਕੀਤਾ ਗਿਆ ਸਟੇਟ ਗਵਰਨਮੈਂਟ ਦੀ ਪਾਵਰਸ ਨੂੰ, ਤਾਂ ਦੈਟ ਇਜ਼ ਅੰਡਰ 105th ਕੰਸਟੀਟਿਊਸ਼ਨ ਅਮੈਂਡਮੈਂਟ। 106th ਕੰਸਟੀਟਿਊਸ਼ਨ ਅਮੈਂਡਮੈਂਟ ਇੱਕ ਵੂਮੈਨ ਰਿਜ਼ਰਵੇਸ਼ਨ ਬਿੱਲ, ਠੀਕ ਹੈ ਜੀ। ਤਾਂ ਇਹ ਸਾਰੀ ਅਮੈਂਡਮੈਂਟਸ ਤੁਹਾਨੂੰ ਕੀ ਆ ਰਿਟੇਨ ਹੋਣੀਆਂ ਚਾਹੀਦੀਆਂ। ਈਵਨ 42nd ਅਮੈਂਡਮੈਂਟ, 44th ਅਮੈਂਡਮੈਂਟ, ਆਲ ਦੀਜ਼ ਅਮੈਂਡਮੈਂਟਸ ਮਸਟ ਬੀ ਕਲੀਅਰ ਟੂ ਆਲ ਆਫ ਯੂ, ਠੀਕ ਹੈ। ਸੋ ਦਿਸ ਵਾਜ਼ ਆਸਕਡ ਇਨ ਦਾ ਈਅਰ 2013 ਐਂਡ ਵੀ ਹੈਵ ਰਿਵਾਈਜ਼ਡ ਆਲ ਦਾ ਇੰਪੋਰਟੈਂਟ ਅਮੈਂਡਮੈਂਟਸ ਆਲਸੋ। ਨਾਓ ਦਿਸ ਇਜ਼ ਐਨ ਗੁੱਡ ਕੁਐਸਚਨ, ਵਿਚ ਆਫ ਦ ਫੋਲੋਇੰਗ ਸਟੇਟਸ ਜੁਆਇੰਡ ਦ ਇੰਡੀਅਨ ਯੂਨੀਅਨ ਆਫਟਰ ਦ ਕੰਡਕਟ ਆਫ ਸਪੈਸ਼ਲ ਓਪੀਨੀਅਨ ਪੋਲ ਇਨ 1975, ਠੀਕ ਹੈ ਜੀ। ਤਾਂ ਦੇਖੋ ਤੁਸੀਂ 1975 ਦੇ ਅਰਾਊਂਡ ਜੇ ਇਹਨਾਂ ਤਿੰਨੋਂ ਸਟੇਟਸ ਨੂੰ ਚੱਕੋਗੇ ਨਾ, 1975 ਦੇ ਵਿੱਚ ਕੀ ਹੈ, ਰੂਲ ਕੌਣ ਕਰ ਰਹੀ ਸੀ, ਚੋਗਿਆਲ ਡਾਇਨਸਟੀ। ਤਾਂ ਸਿੱਕਿਮ ਹੈ ਜਿਹੜਾ, ਸਿੱਕਿਮ ਨੂੰ ਕੀ ਹੈ, ਇਨਕੋਰਪੋਰੇਟ ਕੀਤਾ ਗਿਆ 1975 ਦੇ ਵਿੱਚ। ਦੇਖੋ ਤੁਸੀਂ ਜੇ ਇਸ ਟੋਪਿਕ ਦੀ ਕਲੈਰਿਟੀ ਲੈਣੀ ਹੈ ਤਾਂ ਤੁਸੀਂ ਪੜ੍ਹੋ ਫਸਟ ਦਾਰ ਕਮਿਸ਼ਨ, ਦੈਨ JVP ਕਮੇਟੀ, ਦੈਨ ਫਾਜ਼ਲ ਅਲੀ ਕਮਿਸ਼ਨ, ਉਸ ਤੋਂ ਬਾਅਦ ਕਿ ਇਹ ਇੰਡੀਆ ਦੇ ਵਿੱਚ ਕਿੰਨੀ ਸਟੇਟ ਸੀਗੀਆਂ, 14 ਸਟੇਟਸ ਅਤੇ 6 ਯੂਟੀਜ਼, ਜਿਹੜਾ ਸਟੇਟ ਰੀਔਰਗਨਾਈਜੇਸ਼ਨ ਐਕਟ ਹੈ 1956 ਦਾ। ਤੁਸੀਂ ਕੀ ਕਰਨਾ, 14 ਤੋਂ ਲੈ ਕੇ 29 ਸਟੇਟ ਤੱਕ ਕਿਹੜੀ ਕਿਹੜੀ ਸਟੇਟ ਦੀ ਫੋਰਮੇਸ਼ਨ ਹੋਈ ਹੈ, ਰੀਡ ਕਰੋ ਹਰ ਇੱਕ ਚੀਜ਼ ਨੂੰ ਪ੍ਰੋਪਰ ਡਿਟੇਲ ਦੇ ਵਿੱਚ। ਐਂਡ ਆਲਸੋ ਮੈਂਸ਼ਨਡ ਅੰਡਰ ਦਾ ਕਮੈਂਟ ਬੋਕਸ ਕਿ ਪੰਜਾਬ ਅਤੇ ਹਰਿਆਣਾ, ਪੰਜਾਬ ਦੇ ਵਿੱਚੋਂ ਨਿਕਲ ਕੇ ਹਰਿਆਣਾ ਅਤੇ ਹਿਮਾਚਲ ਅਸਟੈਬਲਿਸ਼ ਹੋਈਆਂ, ਇਹ ਕਿਹੜੀ ਸਟੇਟਸ ਨੇ, ਮਸਟ ਕਮੈਂਟ। ਐਂਡ ਸੈਕਿੰਡ ਥਿੰਗ ਯੂ ਮਸਟ ਕਮੈਂਟ ਕਿ ਕਿਹੜੇ ਕਮਿਸ਼ਨ ਦੀ ਰਿਕਮੈਂਡੇਸ਼ਨ 'ਤੇ ਪੰਜਾਬ ਦੇ ਵਿੱਚੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨਿਕਲ ਕੇ ਬਣੇ ਨੇ, ਠੀਕ ਹੈ। ਸੋ ਕਮਿੰਗ ਔਨ ਟੂ ਯੂਅਰ ਨੈਕਸਟ ਕੁਐਸਚਨ, ਦੇਖੋ ਦਿਸ ਵਾਜ਼ ਅ ਗੁੱਡ ਕੁਐਸਚਨ, ਕੰਸਿਡਰ ਦਾ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਲੈਪਸਿੰਗ ਆਫ ਬਿਲਜ਼ ਇਨ ਦਾ ਪਾਰਲੀਮੈਂਟ। ਅਤੇ ਤੁਸੀਂ ਦੇਖੋਗੇ ਈਵਨ ਇਨ 2024 ਆਲਮੋਸਟ ਸੇਮ ਕੁਐਸਚਨ ਫਰੇਮ ਕੀਤਾ UPSC ਨੇ, ਅਤੇ ਈਵਨ ਜੇ ਤੁਸੀਂ 2016 UPSC ਦਾ ਕੁਐਸਚਨ ਦੇਖੋਗੇ, ਇਟ ਵਾਜ਼ ਰਿਪੀਟਿਡ। ਆਪਾਂ ਕਹਿੰਦੇ ਹਾਂ ਨਾ UPSC ਦਾ ਕੁਐਸਚਨ ਪੰਜਾਬ 'ਚ PCS 'ਚ ਰਿਪੀਟ ਹੁੰਦਾ, ਪੰਜਾਬ PCS ਦਾ ਕੁਐਸਚਨ UPSC 'ਚ ਆਇਆ 2016, ਕਿਉਂਕਿ ਇਹ ਕੁਐਸਚਨ ਕਦੋਂ ਪੁੱਛ ਲਿਆ ਗਿਆ ਸੀ, 2013 ਦੇ ਵਿੱਚ। ਤਾਂ ਤੁਸੀਂ 2016 ਦਾ ਕੁਐਸਚਨ ਪੇਪਰ ਦੇਖੋ, UPSC ਦਾ ਕੁਐਸਚਨ ਹੈ। ਸੋ ਜਿਹੜੇ ਬੱਚੇ ਕਹਿੰਦੇ ਨੇ ਪੰਜਾਬ PCS ਦੀ ਪ੍ਰੈਪਰੇਸ਼ਨ ਵੇਰੀ ਕਰਦੀ ਹੈ, ਅਲੱਗ ਹੈ, ਅਲੱਗ ਤੋਂ ਪ੍ਰੈਪਰੇਸ਼ਨ ਕਰਨੀ ਪਊਗੀ, ਨਹੀਂ, 80-90% ਆਫ ਦਾ ਥਿੰਗਸ ਆਰ ਸੇਮ। ਤਾਂ ਤੁਸੀਂ ਪ੍ਰਾਈਮਰੀ ਬੈਂਚ ਮਾਰਕ UPSC ਨੂੰ ਹੀ ਲੈ ਕੇ ਚੱਲੋ। ਸੋ ਫਸਟ ਸਟੇਟਮੈਂਟ ਇਜ਼ ਕਿ ਕਿਸ ਕੇਸ 'ਚ ਬਿੱਲ ਲੈਪਸ ਹੋ ਸਕਦਾ, ਬਿੱਲ ਪੈਂਡਿੰਗ ਇਨ ਦਾ ਪਾਰਲੀਮੈਂਟ ਲੈਪਸ ਇਜ਼ ਬਾਈ ਰੀਜ਼ਨ ਆਫ ਪ੍ਰੋਰੋਗੇਸ਼ਨ ਆਫ ਦਾ ਹਾਊਸ। ਪ੍ਰੋਰੋਗੇਸ਼ਨ ਦਾ ਮਤਲਬ ਤਾਂ ਹੁੰਦਾ ਜਦੋਂ ਸੈਸ਼ਨ ਖਤਮ ਹੋ ਜੇ, ਪ੍ਰੈਜ਼ੀਡੈਂਟ ਇੱਕ ਜਾਂ ਦੋ ਦਿਨ ਬਾਅਦ ਫੋਰਮਲ ਅਨਾਊਂਸਮੈਂਟ ਕਰ ਦਿੰਦਾ ਕਿ ਇਹ ਸੈਸ਼ਨ ਕੀ ਹੋ ਗਿਆ ਐਂਡ, ਤਾਂ ਪ੍ਰੋਰੋਗੇਸ਼ਨ ਨਾਲ ਬਿੱਲ ਲੈਪਸ ਹੋਣ ਦਾ ਕੋਈ ਮਤਲਬ ਹੀ ਨਹੀਂ। ਸੋ ਦਿਸ ਇਜ਼ ਕੰਪਲੀਟਲੀ ਫਾਲਸ ਸਟੇਟਮੈਂਟ। ਸੈਕਿੰਡ, ਬਿੱਲ ਪੈਂਡਿੰਗ ਇਨ ਰਾਜ ਸਭਾ ਬਟ ਨੋਟ ਪਾਸਡ ਬਾਏ ਦਾ ਲੋਕ ਸਭਾ ਲੈਪਸ ਇਜ਼ ਵੈਨ ਲੋਕ ਸਭਾ ਡਿਸੋਲਵਸ, ਯੈਸ ਐਬਸੋਲੂਟਲੀ ਕਰੈਕਟ। ਤਾਂ ਕਿਹੜੀ ਸਟੇਟਮੈਂਟ ਕਰੈਕਟ ਹੈ, 2 ਓਨਲੀ। ਤਾਂ ਦੇਖੋ ਇਹ ਮੈਂ ਤੁਹਾਡਾ ਕੰਸੈਪਟ ਕਲੀਅਰ ਕਰਦਾ, ਤੁਸੀਂ ਯਾਦ ਰੱਖਣਾ ਕਿਸ ਕੰਡੀਸ਼ਨ ਦੇ ਵਿੱਚ ਬਿੱਲ ਲੈਪਸ ਨਹੀਂ ਕਰਦਾ। ਦੇਖੋ ਜਾਂ ਤਾਂ ਦੋ ਕੰਡੀਸ਼ਨ ਨੇ, ਲੈਪਸ ਜਾਂ ਡਜ਼ ਨੋਟ ਲੈਪਸ। ਤੁਸੀਂ ਯਾਦ ਰੱਖ ਲਓ ਬਿੱਲ ਲੈਪਸ ਕਦੋਂ ਨਹੀਂ ਹੁੰਦਾ, ਤਾਂ ਬਿੱਲ ਪੈਂਡਿੰਗ ਇਨ ਰਾਜ ਸਭਾ ਬਟ ਨੋਟ ਪਾਸਡ ਬਾਏ ਦਾ ਲੋਕ ਸਭਾ ਡਜ਼ ਨੋਟ ਲੈਪਸ। ਦੇਖੋ ਪਾਰਲੀਮੈਂਟ ਟਰਮੀਨੋਲੋਜੀ ਦੇ ਵਿੱਚ ਕੀ ਹੈ,
ਕਿ ਰਾਜ ਸਭਾ ਦੇ ਵਿੱਚ ਬਿੱਲ ਕੀ ਪਿਆ ਪੈਂਡਿੰਗ ਹੈ ਅਤੇ ਹਲੇ ਲੋਕ ਸਭਾ ਨੇ ਵੀ ਉਸ ਚੀਜ਼ ਨੂੰ ਪਾਸ ਨਹੀਂ ਕੀਤਾ, ਉਸ ਕੰਡੀਸ਼ਨ 'ਚ ਬਿੱਲ ਲੈਪਸ ਨਹੀਂ ਹੋਊਗਾ। ਸੈਕਿੰਡ, ਬਿੱਲ ਦੈਟ ਇਜ਼ ਪਾਸਡ ਬਾਈ ਬੋਥ ਹਾਊਸਿਸ, ਰਾਜ ਸਭਾ ਨੇ ਬਿੱਲ ਨੂੰ ਪਾਸ ਕਰਤਾ, ਲੋਕ ਸਭਾ ਨੇ ਬਿੱਲ ਨੂੰ ਪਾਸ ਕਰਤਾ, ਅਤੇ ਉਸ ਤੋਂ ਬਾਅਦ ਇਹ ਬਿੱਲ ਕਿਹਦੇ ਲਈ ਪਿਆ? ਅਸੈਂਟ ਆਫ ਪ੍ਰੈਜ਼ੀਡੈਂਟ, ਰਾਸ਼ਟਰਪਤੀ ਦੀ ਸਾਈਨਿੰਗ ਲਈ ਗਿਆ ਵਾ। ਇਨ ਦੈਟ ਕੇਸ ਬਿੱਲ ਆਲਸੋ ਡਜ਼ ਨਾਟ ਲੈਪਸ। ਤਾਂ ਲੈਪਸ ਕਿਸ ਕੰਡੀਸ਼ਨ 'ਚ ਹੁੰਦਾ ਹੈ? ਇਨ ਦੀਸ ਕੰਡੀਸ਼ਨ ਬਿੱਲ ਲੈਪਸ ਇਜ਼। ਫਸਟ, ਲੋਕ ਸਭਾ ਦੇ ਵਿੱਚ ਬਿੱਲ ਓਰੀਜਿਨੇਟ ਹੋ ਗਿਆ ਅਤੇ ਰਾਜ ਸਭਾ ਦੇ ਵਿੱਚ ਚਲਾ ਗਿਆ, ਠੀਕ ਹੈ ਜੀ। ਬਿੱਲ ਦੈਟ ਇਜ਼ ਓਰੀਜਿਨੇਟਿੰਗ ਇਨ ਦਾ ਲੋਕ ਸਭਾ 'ਚ ਓਰੀਜਿਨੇਟ ਹੋ ਗਿਆ, ਦੈਨ ਰਾਜ ਸਭਾ ਦੇ ਵਿੱਚ ਟਰਾਂਸਮਿਟ ਹੋ ਗਿਆ, ਬਟ ਇਜ਼ ਪੈਂਡਿੰਗ ਇਨ ਦਾ ਲੋਕ ਸਭਾ, ਲੋਕ ਸਭਾ ਦੇ ਵਿੱਚ ਪੈਂਡਿੰਗ ਹੈ, ਦੈਟ ਬਿੱਲ ਵਿਲ ਲੈਪਸ। ਨੈਕਸਟ, ਬਿੱਲ ਦੈਟ ਓਰੀਜਿਨੇਟ ਐਂਡ ਪਾਸਡ ਇਨ ਦਾ ਲੋਕ ਸਭਾ, ਓਰੀਜਿਨ ਵੀ ਕਿੱਥੇ ਹੋਇਆ? ਲੋਕ ਸਭਾ ਦੇ ਵਿੱਚ, ਅਤੇ ਪਾਸ ਵੀ ਕਿੱਥੇ ਹੋ ਗਿਆ? ਲੋਕ ਸਭਾ 'ਚ, ਬਟ ਰਾਜ ਸਭਾ ਦੇ ਵਿੱਚ ਉਹ ਕੀ ਹੈ? ਪੈਂਡਿੰਗ ਹੈ, ਦੈਨ ਦੈਟ ਬਿੱਲ ਆਲਸੋ ਲੈਪਸ। ਆ ਕੰਡੀਸ਼ਨਸ ਨੇ ਇਹ ਤੁਹਾਨੂੰ ਰਿਟੇਨ ਕਰਨੀਆਂ ਪੈਣੀਆਂ ਐਜ਼ ਇਟ ਇਜ਼, ਕਿ ਕਿਸ ਕੰਡੀਸ਼ਨ ਦੇ ਵਿੱਚ ਬਿੱਲ ਲੈਪਸ ਕਰਦਾ, ਕਿਸ ਕੰਡੀਸ਼ਨ ਦੇ ਵਿੱਚ ਬਿੱਲ ਲੈਪਸ ਨਹੀਂ ਕਰੂਗਾ। ਸੋ ਕਮਿੰਗ ਔਨ ਟੂ ਯੋਰ ਨੈਕਸਟ ਕੁਸ਼ਚਨ, ਦੇਖੋ ਦਿਸ ਇਜ਼ ਅਗੇਨ ਵੈਰੀ ਗੁੱਡ ਕੁਸ਼ਚਨ ਐਂਡ ਈਜ਼ੀ ਕੁਸ਼ਚਨ ਆਲਸੋ। ਵਿਚ ਆਫ ਦਾ ਫੋਲੋਇੰਗ ਪਲੇਸਿਸ ਡਜ਼ ਨਾਟ ਫਾਲ ਅੰਡਰ ਦਾ ਟੈਰੀਟੋਰੀਅਲ ਐਸਟੈਬਲਿਸ਼ਮੈਂਟ ਜੁਰਿਸਡਿਕਸ਼ਨ ਆਫ ਬੰਬੇ ਹਾਈ ਕੋਰਟ? ਤਾਂ ਦੇਖੋ ਇੰਡੀਆ ਦੇ ਵਿੱਚ ਕਰੰਟਲੀ 31 ਹਾਈ ਕੋਰਟਸ ਹੈ, ਤਾਂ ਉਹਨਾਂ ਨੇ ਪੁੱਛਿਆ ਬੰਬੇ ਹਾਈ ਕੋਰਟ ਦੀ ਜੁਰਿਸਡਿਕਸ਼ਨ ਦੇ ਵਿੱਚ ਕੀ ਆਇਆ। ਤੁਸੀਂ ਦੇਖੋ ਇਹ ਪੋਲਿਟੀ ਨੂੰ ਥੋੜ੍ਹਾ ਥੋੜ੍ਹਾ ਜੋਗ੍ਰਫੀ ਨਾਲ ਲਿੰਕ ਕਰ ਰਹੇ ਨੇ। ਵੈਸੇ ਜੁਰਿਸਡਿਕਸ਼ਨ ਮੈਂਸ਼ਨ ਨੇ ਬੁੱਕਸ ਦੇ ਵਿੱਚ ਕਿ ਕਿਹੜੇ ਹਾਈ ਕੋਰਟ ਦੀ ਕੀ ਜੁਰਿਸਡਿਕਸ਼ਨ ਹੈ। ਸੋ ਦਿਸ ਇਜ਼ ਐਨ ਈਜ਼ੀ ਕੁਸ਼ਚਨ ਆਲਸੋ। ਦਮਨ ਐਂਡ ਦਿਊ, ਦਾਦਰਾ ਐਂਡ ਨਗਰ ਹਵੇਲੀ, ਗੋਆ, ਐਬਸਲੂਟਲੀ, ਠੀਕ ਹੈ, ਬੰਬੇ ਹਾਈ ਕੋਰਟ ਦੇ ਵਿੱਚ। ਐਂਡ ਫੋਰਥ ਇਜ਼ ਲਕਸ਼ਦਵੀਪ। ਤਾਂ ਦੇਖੋ ਹੁਣ ਜੇ ਤੁਸੀਂ ਇਸ ਚੀਜ਼ ਨੂੰ ਪੜ੍ਹੋਗੇ, ਦਮਨ ਐਂਡ ਦਿਊ, ਦਾਦਰਾ ਐਂਡ ਨਗਰ ਹਵੇਲੀ ਇਜ਼ ਏ ਪਾਰਟ ਆਫ ਇਟ, ਵੇਅਰ ਐਜ਼ ਗੋਆ ਐਂਡ ਲਕਸ਼ਦਵੀਪ ਇਜ਼ ਨਾਟ ਏ ਪਾਰਟ ਆਫ ਇਟ। ਸੋ ਦਾ ਰਾਈਟ ਆਂਸਰ ਵਿਲ ਬਿਕਮ ਵਟ? 1 and 2 ਓਨਲੀ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਈਵਨ ਕੇਰਲਾ ਹਾਈ ਕੋਰਟ ਦੀ ਕੀ ਜੁਰਿਸਡਿਕਸ਼ਨ ਨੇ, ਕਿਹੜੇ ਕਿਹੜੇ ਆਉਂਦੇ ਨੇ, ਕੈਲਕਟਾ ਹਾਈ ਕੋਰਟ ਦੀ ਜੁਰਿਸਡਿਕਸ਼ਨ ਦੇ ਵਿੱਚ ਕੀ ਆਉਂਦਾ ਹੈ। ਸੋ ਆਲ ਦੀਜ਼ ਜੁਰਿਸਡਿਕਸ਼ਨ ਮਸਟ ਬੀ ਕਲੀਅਰ ਟੂ ਯੂ। ਸੋ ਕਮਿੰਗ ਔਨ ਟੂ ਦਾ ਨੈਕਸਟ ਕੁਸ਼ਚਨ, ਦੇਖੋ ਦਿਸ ਇਜ਼ ਅ ਗੁੱਡ ਕੁਸ਼ਚਨ। ਈਵਨ ਲਾਸਟ ਈਅਰ ਜਿਹੜਾ ਪੰਜਾਬ ਪੀ ਸੀ ਐਸ ਦਾ ਪੇਪਰ ਹੋਇਆ ਉਹਦੇ 'ਤੇ ਵੀ ਅਟਰਨੀ ਜਨਰਲ 'ਤੇ ਕੁਸ਼ਚਨ ਫਰੇਮ ਕੀਤਾ। ਅਟਰਨੀ ਜਨਰਲ ਦਾ ਆਰਟੀਕਲ ਕੀ ਹੈ? 76, ਆਰਟੀਕਲ 76 ਦੇ ਵਿੱਚ ਆਉਂਦਾ ਹੈ। ਅਤੇ ਹੀ ਇਜ਼ ਅਪੁਆਇੰਟਡ ਬਾਈ ਪ੍ਰੈਜ਼ੀਡੈਂਟ, ਯੈਸ, ਐਬਸਲੂਟਲੀ ਕਰੈਕਟ। ਹੀ ਮਸਟ ਹੈਵ ਦਾ ਕੁਆਲੀਫਿਕੇਸ਼ਨ ਐਜ਼ ਰਿਕੁਆਇਰ ਫੋਰ ਜੱਜ ਆਫ ਹਾਈ ਕੋਰਟ, ਬਿਲਕੁਲ ਗਲਤ। ਜੋ ਸੁਪਰੀਮ ਕੋਰਟ ਦੇ ਲਈ ਕੰਡੀਸ਼ਨਸ ਹੁੰਦੀਆਂ ਉਹ ਅਟਰਨੀ ਜਨਰਲ ਨੂੰ ਕੀ ਆ? ਚਾਹੀਦੀ ਹੁੰਦੀਆਂ। ਤਾਂ ਸੈਕਿੰਡ ਸਟੇਟਮੈਂਟ ਕੀ ਹੈ? ਫਾਲਸ। ਮਤਲਬ ਜੇ ਤੁਹਾਨੂੰ ਇਹ ਵੀ ਪਤਾ ਸੀ ਦੈਨ ਆਪਸ਼ਨ ਨੂੰ ਪੜ੍ਹਨ ਦੀ ਜ਼ਰੂਰਤ ਹੀ ਨਹੀਂ ਸੀਗੀ ਕਿਸੇ ਆਪਸ਼ਨ ਨੂੰ, ਸੈਕਿੰਡ ਆਪਸ਼ਨ ਜੇ ਕਲੀਅਰ ਸੀ। ਹੀ ਹੈਜ਼ ਦਾ ਰਾਈਟ ਟੂ ਸਪੀਕ ਇਨ ਆਈਦਰ ਹਾਊਸ ਆਫ ਪਾਰਲੀਮੈਂਟ, ਐਬਸਲੂਟਲੀ ਕਰੈਕਟ। ਹੀ ਕੈਨ ਬੀ ਰਿਮੂਵਡ ਬਾਈ ਫੋਲੋਇੰਗ ਦਾ ਪ੍ਰੋਸੈਸ ਆਫ ਇੰਪੀਚਮੈਂਟ। ਇੰਪੀਚਮੈਂਟ ਦੇ ਵਰਡ ਜੇ ਤੁਸੀਂ ਪੋਲਿਟੀ ਨੂੰ ਚੰਗੀ ਤਰ੍ਹਾਂ ਪੜ੍ਹਦੇ ਹੋ ਇਹ ਪ੍ਰੈਜ਼ੀਡੈਂਟ ਲਈ ਹੈ, ਇਟ ਇਜ਼ ਨਾਟ ਫੋਰ ਵਟ ਅਟਰਨੀ ਜਨਰਲ, ਤਾਂ ਇਹ ਵੀ ਫਾਲਸ ਹੈ। ਹੀ ਹੈਜ਼ ਦਾ ਰਾਈਟ ਆਫ ਆਡੀਅੰਸ ਇਨ ਆਲ ਕੋਰਟਸ ਇਨ ਟੈਰੀਟਰੀ, ਯੈਸ। ਸੋ 1, 3, and 5 ਇਜ਼ ਦਾ ਕਰੈਕਟ ਆਂਸਰ। ਨਾਓ ਨੈਕਸਟ ਕੁਸ਼ਚਨ, ਕੁਸ਼ਚਨ ਨੰਬਰ 7 ਵਿੱਚ ਵਾਜ਼ ਆਸਕਡ ਇਨ ਯੋਰ ਪੰਜਾਬ ਪੀ ਸੀ ਐਸ। ਦੇਖੋ ਹੁਣ ਵੀਟੋ ਪਾਵਰ 'ਤੇ ਕੁਸ਼ਚਨ ਹੈ। ਕੰਸਿਡਰ ਦਾ ਫੋਲੋਇੰਗ ਸਟੇਟਮੈਂਟਸ, ਵੀਟੋ ਪਾਵਰ ਆਫ ਪ੍ਰੈਜ਼ੀਡੈਂਟ ਇਜ਼ ਲਿਮਿਟਿਡ ਬਿਕੋਜ਼ ਇਫ ਆਈਦਰ ਕੰਸਿਡਰੇਸ਼ਨ ਦਾ ਪਾਰਲੀਮੈਂਟ ਪਾਸਿਸ ਦਾ ਸੇਮ ਬਿੱਲ ਐਂਡ ਸੈਂਡਸ ਗੇਟ ਟੂ ਦਾ ਪ੍ਰੈਜ਼ੀਡੈਂਟ, ਦੈਨ ਦਾ ਪ੍ਰੈਜ਼ੀਡੈਂਟ ਹੈਜ਼ ਟੂ ਗਿਵ ਅਸੈਂਟ ਟੂ ਦੈਟ ਬਿੱਲ। ਐਬਸਲੂਟਲੀ ਕਰੈਕਟ। ਦੇਖੋ ਜੇ ਤੁਸੀਂ ਪੜ੍ਹਨਾ ਨਾ, ਦੇਖੋ ਪਹਿਲਾਂ ਵੀਟੋ, ਵੀਟੋ ਦਾ ਮਤਲਬ ਹੁੰਦਾ
ਕਿ ਪ੍ਰੈਜ਼ੀਡੈਂਟ ਆਪਣੀ ਮਰਜ਼ੀ ਕਿੱਥੇ ਚਲਾ ਸਕਦਾ, ਨੋਟ ਅ ਡਿਸਕ੍ਰੀਸ਼ਨ ਬਟ ਕਿੱਥੇ ਉਹ ਕਰ ਸਕਦਾ। ਸੋ ਚਾਰ ਟਾਈਪ ਦੀ ਵੀਟੋ ਪਾਵਰਸ ਹੁੰਦੀ ਹੈ, ਐਬਸਲੂਟ, ਕੁਆਲੀਫਾਈਡ, ਸਸਪੈਂਸਿਵ ਐਂਡ ਪੋਕਿਟ ਵੀਟੋ। ਐਬਸਲੂਟ ਵੀਟੋ ਦਾ ਮਤਲਬ ਹੁੰਦਾ ਵਿਦ ਹੋਲਡਿੰਗ ਅਸੈਂਟ ਟੂ ਦ ਬਿੱਲ ਪਾਸਡ ਬਾਏ ਦ ਲੈਜੀਸਲੇਚਰ, ਕਿ ਹੋਲਡ ਹੀ ਕਰਕੇ ਰੱਖ ਲਿਆ, ਵਿਦ ਹੋਲਡ ਅਸੈਂਟ ਕਰਕੇ ਰੱਖ ਲਿਆ। ਕੁਆਲੀਫਾਈਡ ਵੀਟੋ ਓਵਰ ਰਿਡਨ ਬਾਏ ਲੈਜੀਸਲੇਚਰ ਵਿਦ ਹਾਇਰ ਮੈਜੋਰਿਟੀ। ਲੈਟਸ ਏ ਪ੍ਰੈਜ਼ੀਡੈਂਟ ਹੈ, ਪ੍ਰੈਜ਼ੀਡੈਂਟ ਉਸ ਚੀਜ਼ ਨੂੰ ਪਾਸ ਨਹੀਂ ਕਰ ਰਹੇ, ਲੈਜੀਸਲੇਚਰ ਕੀ ਹੈ ਹਾਇਰ ਮੈਜੋਰਿਟੀ ਦੇ ਨਾਲ ਬਿੱਲ ਨੂੰ ਕੀ ਆ ਪਾਸ ਕਰਦੇ। ਇਹ ਇੰਡੀਅਨ ਪ੍ਰੈਜ਼ੀਡੈਂਟ ਨਹੀਂ ਇੰਜੋਏ ਕਰਦਾ, ਇਟ ਇਜ਼ ਦੇਅਰ ਇਨ USA। ਅਮੈਰੀਕਾ ਦੇ ਵਿੱਚ ਕੀ ਹੈ ਕਿ ਪ੍ਰੈਜ਼ੀਡੈਂਟ ਹੈ ਜਿਹੜਾ, ਜੇ ਪ੍ਰੈਜ਼ੀਡੈਂਟ ਕਿਸੇ ਚੀਜ਼ ਨੂੰ ਨਹੀਂ ਮੰਨ ਰਿਹਾ, ਉੱਥੇ ਦੀ ਸੈਨੇਟ ਜਾਂ ਕਾਂਗਰਸ ਹੈ, ਉਹ ਮੈਜੋਰਿਟੀ ਨਾਲ ਕਹਿ ਦੇਵੇ ਕਿ ਸਾਹਿਬ ਇਸ ਚੀਜ਼ ਨੂੰ ਪਾਸ ਕਰੋ, ਦੈਨ ਉਸ ਚੀਜ਼ ਨੂੰ ਪਾਸ ਕਰਨਾ ਪੈਣਾ। ਸਸਪੈਂਸਿਵ ਵੀਟੋ ਓਵਰ ਰਿਡਨ ਬਾਏ ਲੈਜੀਸਲੇਚਰ ਵਿਦ ਐਨ ਆਰਡੀਨਰੀ ਮੈਜੋਰਿਟੀ, ਯੈਸ। ਪੋਕਿਟ ਵੀਟੋ, ਨੋ ਐਕਸ਼ਨ ਟੇਕਨ ਔਨ ਦਾ ਲੈਜੀਸਲੇਚਰ, ਮਤਲਬ ਜੇਬ ਦੇ ਵਿੱਚ ਚੀਜ਼ ਨੂੰ ਪਾ ਲੈਣਾ। ਹੁਣ ਦੇਖੋ ਕੁਸ਼ਚਨ ਕੀ ਫਰੇਮ ਕੀਤਾ, ਲੈਟਸ ਏ ਪ੍ਰੈਜ਼ੀਡੈਂਟ ਹੈ ਇੰਡੀਆ ਦੇ, ਤਾਂ ਪ੍ਰੈਜ਼ੀਡੈਂਟ ਕੋਲ ਬਿੱਲ ਕੀ ਹੈ, ਪਾਸ ਹੋ ਕੇ ਜਾਊਗਾ। ਬਿੱਲ ਪਾਸ ਕਿੱਥੋਂ ਹੁੰਦਾ, ਲੋਕ ਸਭਾ ਅਤੇ ਰਾਜ ਸਭਾ। ਲੋਕ ਸਭਾ ਅਤੇ ਰਾਜ ਸਭਾ ਨੇ ਬਿੱਲ ਪਾਸ ਕਰਕੇ ਕਿਹਨੂੰ ਫੋਰਵਰਡ ਕਰਤਾ, ਪ੍ਰੈਜ਼ੀਡੈਂਟ ਨੂੰ। ਹੁਣ ਪ੍ਰੈਜ਼ੀਡੈਂਟ ਕੋਲ ਜਦੋਂ ਬਿੱਲ ਆਇਆ, ਪ੍ਰੈਜ਼ੀਡੈਂਟ ਇੱਕ ਵਾਰ ਬਿੱਲ ਨੂੰ ਵਾਪਸ ਕਰ ਸਕਦਾ, ਜੇ ਉਹ ਮਨੀ ਬਿੱਲ ਨਹੀਂ ਹੈ ਤਾਂ। ਮਨੀ ਬਿੱਲ ਦੇ ਕੇਸ 'ਚ ਵਾਪਸ ਨਹੀਂ ਹੋ ਸਕਦਾ, ਤਾਂ ਉਸ ਆਰਡੀਨਰੀ ਬਿੱਲ ਦੇ ਵਿੱਚ ਕੀ ਹੋ ਸਕਦੀ ਹੈ, ਸਸਪੈਂਸਿਵ ਵੀਟੋ। ਸੋ ਸਸਪੈਂਸਿਵ ਵੀਟੋ ਦਾ ਮਤਲਬ ਹੈ ਕਿ ਪ੍ਰੈਜ਼ੀਡੈਂਟ ਬਿੱਲ ਨੂੰ ਰੀਕਨਸਿਡਰ ਕਰਨ ਲਈ ਕਹਿ ਸਕਦਾ, ਬਟ ਉਸ ਤੋਂ ਬਾਅਦ ਜਦੋਂ ਇਹਨਾਂ ਨੇ, ਜਦੋਂ ਪ੍ਰੈਜ਼ੀਡੈਂਟ ਨੇ ਰੀਕਨਸਿਡਰ ਕਰਨ ਲਈ ਕਿਹਾ, ਲੋਕ ਸਭਾ ਅਤੇ ਰਾਜ ਸਭਾ ਉਸ ਚੀਜ਼ ਨੂੰ, ਉਸ ਚੀਜ਼ 'ਚ ਚੇਂਜ ਕਰਨ ਜਾਂ ਨਾ ਕਰਨ। ਜੇ ਇਹਨਾਂ ਨੇ ਦੁਬਾਰਾ ਪ੍ਰੈਜ਼ੀਡੈਂਟ ਨੂੰ ਉਸ ਚੀਜ਼ ਨੂੰ ਫੋਰਵਰਡ ਕਰਤਾ, ਦੈਨ ਪ੍ਰੈਜ਼ੀਡੈਂਟ ਮਸਟ ਹੈਵ ਟੂ ਸਾਈਨ ਦ ਬਿੱਲ, ਉਹਨਾਂ ਨੂੰ ਕੀ ਹੈ, ਅਸੈਂਟ ਦੇਣਾ ਪੈਣਾ। ਸੋ ਆਹ ਚੀਜ਼ ਮੈਂਸ਼ਨ ਹੈ, ਫਸਟ ਸਟੇਟਮੈਂਟ ਹੈ ਜਿਹੜੀ, ਕਿ ਵੀਟੋ ਪਾਵਰ ਆਫ ਪ੍ਰੈਜ਼ੀਡੈਂਟ ਇਜ਼ ਲਿਮਿਟਿਡ ਬਿਕੋਜ਼ ਇਫ ਆਫਟਰ ਰੀਕਨਸੀਡਰੇਸ਼ਨ ਪਾਸਿਸ ਦ ਸੇਮ ਬਿੱਲ ਅਗੇਨ ਐਂਡ ਸੈਂਡਸ ਇਟ ਬੈਕ ਟੂ ਦ ਪ੍ਰੈਜ਼ੀਡੈਂਟ, ਪ੍ਰੈਜ਼ੀਡੈਂਟ ਹੈਜ਼ ਟੂ ਗਿਵ ਅਸੈਂਟ ਟੂ ਦ ਬਿੱਲ। ਐਬਸਲੂਟਲੀ ਕਰੈਕਟ ਸਟੇਟਮੈਂਟ, ਸਸਪੈਂਸਿਵ ਵੀਟੋ ਇੰਡੀਆ ਦੇ ਕੇਸ 'ਚ। ਦੂਸਰਾ, ਦੇਰ ਇਜ਼ ਨੋ ਮੈਂਸ਼ਨ ਇਨ ਦ ਕੰਸਟੀਟਿਊਸ਼ਨ ਅਬਾਊਟ ਦ ਟਾਈਮ ਲਿਮਿਟ ਵਿਦ ਇਨ ਵਿੱਚ ਦ ਪ੍ਰੈਜ਼ੀਡੈਂਟ ਮਸਟ ਸੈਂਡ ਇਟ ਬੈਕ ਫੋਰ ਰੀਕਨਸੀਡਰੇਸ਼ਨ। ਹਾਂ, ਕੋਈ ਟਾਈਮ ਲਿਮਿਟ ਹੈ ਹੀ ਨਹੀਂ ਹੈ, ਕੋਈ ਚੀਜ਼ ਮੈਂਸ਼ਨ ਹੀ ਨਹੀਂ ਹੈ ਕਿ ਇੰਨੇ ਟਾਈਮ ਦੇ ਵਿੱਚ ਉਹ ਹੋਊਗਾ। ਫੋਰ ਐਗਜ਼ਾਮਪਲ ਜਿਵੇਂ ਪੋਕਿਟ ਵੀਟੋ ਆ, ਅਨਲਿਮਿਟਿਡ ਟਾਈਮ ਪੀਰੀਅਡ ਹੈ। ਸੋ ਕਰੈਕਟ ਸਟੇਟਮੈਂਟਸ ਪੁੱਛੀਆਂ, ਬੋਥ 1 and 2 ਵਿਲ ਬੀ ਦਾ ਕਰੈਕਟ ਆਂਸਰ। ਸੋ ਸੀ ਵਿਲ ਬੀ ਦਾ ਕਰੈਕਟ ਆਂਸਰ। ਤਾਂ ਤੁਸੀਂ ਪ੍ਰੈਜ਼ੀਡੈਂਟ ਚੈਪਟਰ ਨੂੰ ਬਹੁਤ ਚੰਗੀ ਤਰ੍ਹਾਂ ਪੜ੍ਹਨਾ, ਐਂਡ ਜੇ ਤੁਹਾਡੇ ਨੂੰ ਇਹ ਹੈ ਕਿ ਅਸੀਂ ਪ੍ਰੈਕਟਿਸ ਕਰਨੀ ਹੈ, ਦੈਨ ਵੀ ਆਰ ਲਾਂਚਿੰਗ ਟੈਸਟ ਸੀਰੀਜ਼ ਇਨ ਦਾ ਮੰਥ ਆਫ ਜੁਲਾਈ, ਪੰਜਾਬ PCS ਦੇ ਲਈ ਸਪੈਸੀਫਿਕ ਸਬਜੈਕਟ ਵਾਈਜ਼ ਟੈਸਟ ਸੀਰੀਜ਼। ਤਾਂ ਜਿਹੜੇ ਬੱਚੇ ਨੇ ਵੀ ਸਬਜੈਕਟ ਵਾਈਜ਼ ਟੈਸਟ ਸੀਰੀਜ਼ ਐਨਰੋਲ ਹੋਣਾ, ਠੀਕ ਹੈ, ਔਨਲਾਈਨ ਆਫਲਾਈਨ ਦੋਨੋਂ ਮੋਡ ਦੇ ਵਿੱਚ ਹੋਊਗੀ, ਤਾਂ ਯੂ ਕੈਨ ਜੁਆਇਨ ਬਾਏ ਕਾਲਿੰਗ ਐਟ ਦਾ ਗਿਵਨ ਨੰਬਰ 7830263300। ਤਾਂ ਤੁਸੀਂ ਕਨੈਕਟ ਹੋਵੋ, ਜੇ ਤੁਹਾਨੂੰ ਲੱਗਦਾ ਕਿ ਅਸੀਂ ਸੈਲਫ ਸਟੱਡੀ ਕਰ ਰਹੇ ਹਾਂ ਜਾਂ ਕਿ ਸਾਨੂੰ ਕੁਸ਼ਚਨਸ ਦੀ ਰਿਕੁਆਇਰਮੈਂਟ ਹੈ, ਅਸੀਂ ਆਪਣੇ ਆਪ ਨੂੰ ਦੇਖਣਾ, ਦੈਨ ਤੁਸੀਂ ਸਬਜੈਕਟ ਵਾਈਜ਼ ਟੈਸਟ ਸੀਰੀਜ਼ ਕੀ ਹੈ ਜੁਆਇਨ ਕਰ ਸਕਦੇ ਹੋ, ਠੀਕ ਹੈ ਜੀ। ਸੋ ਨਾਓ ਨੈਕਸਟ ਕੁਸ਼ਚਨ ਇਜ਼, ਦੇਖੋ, ਵਿਚ ਆਫ ਦਾ ਫੋਲੋਇੰਗ ਸਬਜੈਕਟਸ ਆਰ ਏ ਪਾਰਟ ਆਫ ਸਟੇਟ ਲਿਸਟ ਐਜ ਸਪੈਸੀਫਾਈਡ ਇਨ ਦਾ 7th ਸ਼ੈਡਿਊਲ ਆਫ ਦਾ ਕੋਨਸਟੀਟਿਊਸ਼ਨ ਆਫ ਇੰਡੀਆ। ਦੇਖੋ, ਹੁਣ ਜਿਹੜੇ ਬੱਚੇ ਨੂੰ ਪਤਾ ਹੈ 7th ਸ਼ੈਡਿਊਲ ਦਾ, ਤਾਂ ਉਹ ਕਹਿਣਗੇ ਕੀ ਪੁੱਛ ਲਿਆ, ਸਾਨੂੰ ਸਾਰੀ ਐਂਟਰੀਜ਼ ਯਾਦ ਕਰਨੀਆਂ ਪੈਣੀਆਂ। ਇਸ ਵਾਰ ਸੇਮ UPSC 2024 ਦੇ ਵਿੱਚ ਵੀ ਕੁਸ਼ਚਨ ਆਇਆ ਕਿ ਕਿਹੜਾ ਸਬਜੈਕਟ ਹੈ ਯੂਨੀਅਨ ਲਿਸਟ ਦੇ ਵਿੱਚ ਆਉਂਦਾ। ਪੰਜਾਬ PCS 'ਚ ਕੁਸ਼ਚਨ ਕੀ ਆਇਆ ਕਿ ਕਿਹੜਾ ਸਬਜੈਕਟ ਸਟੇਟ ਲਿਸਟ ਦਾ ਪਾਰਟ ਹੈ।
ਅੰਡਰਸਟੈਂਡਿੰਗ ਦਾ ਪੁਆਇੰਟ ਤਾਂ ਦੇਖੋ ਇਹ ਬਹੁਤ ਬੜੀ ਬੜੀ ਆਪਸ਼ਨਸ ਨੇ, ਤੁਹਾਨੂੰ ਚੀਜ਼ਾਂ ਦੋ ਪਤਾ ਹੋਣੀਆਂ ਚਾਹੀਦੀਆਂ ਸੀ, ਠੀਕ ਹੈ। ਪਹਿਲਾਂ ਦੇਖੋ, ਪਹਿਲਾਂ ਤਾਂ ਇੱਕ ਚੀਜ਼ ਦੇਖੋ, ਬਾਕੀ ਸਟੇਟਮੈਂਟਸ ਆਪਾਂ ਸਾਰੀਆਂ ਪੜ੍ਹਦੇ ਹਾਂ, ਕਲਟੀਵੇਸ਼ਨ ਮੈਨੂਫੈਕਚਰ ਐਂਡ ਸੇਲ ਫੋਰ ਐਕਸਪਰਟ ਆਫ ਓਪੀਅਮ, ਅਫੀਮ ਨੂੰ ਲਗਾਉਣਾ, ਅਫੀਮ ਦੀ ਖੇਤੀ ਕਰਨੀ, ਅਫੀਮ ਦੀ ਮੈਨੂਫੈਕਚਰਿੰਗ ਅਤੇ ਅਫੀਮ ਨੂੰ ਐਕਸਪੋਰਟ ਕਰਨਾ, ਇਹ ਕਦੇ ਸਟੇਟ ਦਾ ਪਾਰਟ ਹੋ ਸਕਦਾ? ਮਤਲਬ ਪੰਜਾਬ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਨਸ਼ਿਆਂ ਦੇ ਹੜ੍ਹ ਨੂੰ ਰੋਕਣ ਦੇ ਲਈ ਆਪਾਂ ਕੀ ਕਰ ਸਕਦੇ ਹਾਂ, ਅਫੀਮ ਦੀ ਖੇਤੀ ਕਰੀਏ। ਕਈ ਐਮ ਪੀਜ਼ ਦਾ ਪਰਸਪੈਕਟਿਵ ਹੈ, ਆਪਣਾ ਪਰਸਨਲ ਪਰਸਪੈਕਟਿਵ ਨਹੀਂ ਹੈ। ਸੋ ਤਾਂ ਐਕਸਪੋਰਟ ਓਪੀਅਮ ਦਾ ਹੋਣਾ, ਅਫੀਮ ਦਾ ਐਕਸਪੋਰਟ ਪੰਜਾਬ ਤੋਂ ਬਾਹਰ, ਇਹ ਕਦੇ ਵੀ ਸਟੇਟ ਸਬਜੈਕਟ ਨਹੀਂ ਹੋ ਸਕਦਾ, ਬਹੁਤ ਬੜੀ ਗੱਲ ਹੈ। ਸੋ ਜੇ ਤੁਹਾਨੂੰ ਤੁਸੀਂ ਇੰਨਾ ਵੀ ਲੌਜਿਕ ਲਗਾਓ ਨਾ, ਆਂਸਰ ਹੋ ਗਿਆ ਡੀ ਇਜ਼ ਦਾ ਰਾਈਟ ਆਂਸਰ। ਸੋ ਨਾ ਉਹ ਦੇਖੋ, ਮਾਰਕੀਟਸ ਐਂਡ ਫੇਅਰਸ, ਮੇਲੇ, ਸਟੇਟ ਦਾ ਪਾਰਟ ਹੋਊਗਾ। ਪਬਲਿਕ ਹੈਲਥ ਸੈਨੀਟੇਸ਼ਨ, ਹੋਸਪਿਟਲਸ ਐਂਡ ਡਿਸਪੈਂਸਰੀਜ, ਸਟੇਟ ਦਾ ਪਾਰਟ ਹੈ। ਇੰਸ਼ੋਰੈਂਸ, ਇੰਸ਼ੋਰੈਂਸ ਤੁਸੀਂ ਦੇਖਿਆ ਕਦੇ ਕਿਸੇ ਸਟੇਟ ਇੰਸ਼ੋਰੈਂਸ ਦਿੰਦੀ ਹੋਵੇ? ਇੰਸ਼ੋਰੈਂਸ ਕੀ ਹੈ? ਯੂਨੀਅਨ ਲਿਸਟ ਦਾ ਪਾਰਟ ਹੈ। ਬਟ ਜੇ ਇਹ ਵੀ ਪਤਾ ਸੀਗਾ ਤਾਂ ਸਾਰਾ ਪਤਾ। ਰਿਲੀਫ ਆਫ ਡਿਸੇਬਲਡ ਐਂਡ ਅਨਇੰਪਲੋਇਮੈਂਟ, ਤਾਂ 61 ਸਟੇਟ ਸਬਜੈਕਟਸ ਨੇ 7th ਸ਼ਡਿਊਲ ਦੇ ਅੰਡਰ, ਇਹ ਸਾਰੇ ਪੜ੍ਹ ਲੈਣੇ ਆ ਤੁਸੀਂ। ਐਂਡ 52 ਕਨਕਰੈਂਟ ਲਿਸਟ ਦੇ ਵਿੱਚ ਕੀ ਹੁੰਦਾ? ਫੋਰ ਐਗਜ਼ਾਮਪਲ, ਕਨਕਰੈਂਟ ਹੁੰਦਾ ਜਿੱਥੇ ਸੈਂਟਰ ਅਤੇ ਸਟੇਟ ਦੋਨੋਂ ਲੋਅ ਬਣਾ ਸਕਦੇ ਹੋਣ, ਦੈਟ ਇਜ਼ ਕਨਕਰੈਂਟ ਸਬਜੈਕਟ। ਫੋਰ ਐਗਜ਼ਾਮਪਲ, ਐਜੂਕੇਸ਼ਨ ਹੋ ਗਿਆ, ਠੀਕ ਹੈ, ਮੈਰਿਜ ਐਂਡ ਡਾਈਵੋਰਸ ਹੋ ਗਿਆ, ਵਾਈਲਡ ਲਾਈਫ ਹੋ ਗਿਆ, ਤਾਂ ਇਹ ਸਾਰਾ ਤੁਸੀਂ ਰੱਟ ਲੈਣਾ। ਸੋ ਕਮਿੰਗ ਔਨ ਟੂ ਯੂਅਰ ਨੈਕਸਟ ਕੁਸ਼ਚਨ, ਨਾਓ ਦਿਸ ਵਾਜ਼ ਏ ਗੁੱਡ ਕੁਸ਼ਚਨ ਅਗੇਨ, ਦੇਖੋ ਇੱਥੇ ਵੀ ਲੌਜਿਕ ਹੈ। ਸੋ ਇੱਕ ਚੀਜ਼ ਦਾ ਧਿਆਨ ਰੱਖੋ, ਜੇ ਤੁਸੀਂ ਔਫਿਸਰ ਬਣਨਾ ਹੈ, ਤੁਹਾਨੂੰ ਪੜ੍ਹਨ ਦੀ ਜ਼ਰੂਰਤ ਹੈ, ਬਟ ਤੁਹਾਨੂੰ ਪੜ੍ਹਨਾ ਲੌਜਿਕ ਦੇ ਨਾਲ ਪੈਣਾ। ਦੇਖੋ ਤੁਸੀਂ ਦੇਖੋ ਕਿੰਨੇ ਲੌਜੀਕਲ ਕੁਸ਼ਚਨ, ਇੱਕ ਇੱਕ ਸਟੇਟਮੈਂਟ ਜੇ ਤੁਹਾਨੂੰ ਪਤਾ ਹੈ ਕਿ ਯੂ ਨੋ ਹਾਊ ਟੂ ਐਲੀਮੀਨੇਟ ਦ ਪਰਟੀਕੁਲਰ ਸਟੇਟਮੈਂਟ, ਦੈਨ ਕੁਸ਼ਚਨਸ ਕੈਨ ਬੀ ਵੈਰੀ ਈਜ਼ਲੀ ਸੋਲਵਡ। ਸੋ ਵਿਚ ਆਫ ਦ ਫੋਲੋਇੰਗ ਇਜ਼ ਔਰ ਆਰ ਮੈਂਸ਼ਨਡ ਅੰਡਰ ਦ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ, ਡੀ ਪੀ ਐੱਸ ਪੀ ਦੇ ਵਿੱਚ ਕੀ ਮੈਂਸ਼ਨ ਹੈ, ਪਾਰਟ 4 ਦੇ ਵਿੱਚ ਆਉਂਦਾ ਹੈ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ। ਤਾਂ ਦੇਖੋ ਇਹਦੇ 'ਚ ਆਪਾਂ ਇੱਕ ਚੀਜ਼ ਕਰਦੇ ਹਾਂ, ਸਾਰਾ ਕੁਸ਼ਚਨ ਐਕਸਪਲੋਰ ਕਰੋ। ਪ੍ਰੋਵੋਜ਼ਨ ਆਫ ਸੇਫ ਗਾਰਡਿੰਗ ਪਬਲਿਕ ਪ੍ਰੋਪਰਟੀ, ਸੇਫ ਗਾਰਡਿੰਗ ਪਬਲਿਕ ਪ੍ਰੋਪਰਟੀ ਹੈ ਜਿਹੜੀ, ਇਹ ਫੰਡਾਮੈਂਟਲ ਡਿਊਟੀ ਹੈ। ਤੁਹਾਨੂੰ ਜੇ ਡਾਇਰੈਕਟਿਵ ਪ੍ਰਿੰਸੀਪਲਸ 'ਤੇ ਉਹਦਾ ਪਤਾ ਹੈ, ਦਿਸ ਇਜ਼ ਗੋਨ, ਦਿਸ ਇਜ਼ ਗੋਨ, ਠੀਕ ਹੈ। ਸਿਕਿਓਰਿੰਗ ਏ ਸੋਸ਼ਲ ਆਰਡਰ ਫੋਰ ਦਾ ਪਰਮਿਸ਼ਨ ਆਫ ਵੈਲਫੇਅਰ ਆਫ ਪੀਪਲ, ਐਬਸਲੂਟਲੀ ਡਾਇਰੈਕਟਿਵ ਪ੍ਰਿੰਸੀਪਲਸ ਨੂੰ ਤਾਂ ਵੈਲਫੇਅਰ ਦੇ ਨਾਲ ਕਨੈਕਟ ਕੀਤਾ ਜਾਂਦਾ, ਇੱਕ ਵੈਲਫੇਅਰ ਸਟੇਟ ਦਾ ਆਈਡੀਆ ਹੈ ਜਿਹੜਾ, ਉਹ ਡਾਇਰੈਕਟਿਵ ਪ੍ਰਿੰਸੀਪਲਸ ਦੇ ਵਿੱਚ ਆਉਂਦਾ। ਸੋ ਜੇ ਆਹ ਸਟੇਟਮੈਂਟ ਪਤਾ ਹੈ, ਔਰਗੇਨਾਈਜੇਸ਼ਨ ਆਫ ਐਗਰੀ, ਡੀ ਪੀ ਐੱਸ ਪੀ, ਦਿਸ ਇਜ਼ ਆਲਸੋ ਡੀ ਪੀ ਐੱਸ ਪੀ, ਸੋ ਦਾ ਰਾਈਟ ਆਂਸਰ ਵਿਲ ਬਿਕਮ ਵਟ, ਸੀ, 1, 2, and 3। ਸੋ ਵੈਰੀ ਈਜ਼ੀ ਕੁਸ਼ਚਨਸ ਦੇ ਆਰ ਫਰੇਮਿੰਗ, ਯੂ ਮਸਟ ਨੋ ਹਾਊ ਟੂ। ਨਾਓ ਕਮਿੰਗ ਔਨ ਟੂ ਕੁਸ਼ਚਨ ਨੰਬਰ 10, ਅਗੇਨ ਵੈਰੀ ਈਜ਼ੀ ਕੁਸ਼ਚਨ, ਲੋਜੀਕਲ ਕੁਸ਼ਚਨ। ਕੀ ਪੁੱਛ ਰਹੀ ਹੈ ਪੰਜਾਬ ਪੀ ਸੀ ਏ ਦੇ ਵਿੱਚ, ਕਿ ਜੇ ਚੀਫ ਜਸਟਿਸ ਆਫ ਇੰਡੀਆ ਦਾ ਆਫਿਸ ਵੇਕੈਂਟ ਹੈ ਤਾਂ, ਜਾਂ ਚੀਫ ਜਸਟਿਸ ਕੀ ਹੈ, ਐਬਸੈਂਟ ਹੈ ਜਾਂ ਆਪਣੀ ਡਿਊਟੀਜ਼ ਨਹੀਂ ਪਰਫੋਰਮ ਕਰ ਪਾ ਰਿਹਾ, ਜੇ ਐਕਟਿੰਗ ਚੀਫ ਜਸਟਿਸ ਨੂੰ ਅਪੁਆਇੰਟ ਕਰਨਾ, ਤਾਂ ਐਕਟਿੰਗ ਚੀਫ ਜਸਟਿਸ ਨੂੰ ਅਪੁਆਇੰਟ ਕੌਣ ਕਰਨਗੇ? ਦਾ ਰਾਈਟ ਆਂਸਰ ਵਿਲ ਬੀ ਪ੍ਰੈਜ਼ੀਡੈਂਟ ਆਫ ਇੰਡੀਆ ਅੰਡਰ ਆਰਟੀਕਲ 126 ਆਫ ਦਾ ਕੋਨਸਟੀਟਿਊਸ਼ਨ। ਦੇਖੋ ਜੇ ਸੀ ਜੀ ਆਈ ਦਾ ਆਫਿਸ ਵੇਕੈਂਟ ਹੋਵੇ,
ਦੈਨ ਕੌਣ ਪੁਜੀਸ਼ਨ ਆਕੂਪਾਈ ਕਰਦਾ? ਸੀਨੀਅਰ ਮੋਸਟ ਜੱਜ ਆਫ ਸੁਪਰੀਮ ਕੋਰਟ। ਜੇ ਸੀਨੀਅਰ ਮੋਸਟ ਜੱਜ ਆਫ ਸੁਪਰੀਮ ਕੋਰਟ ਨਹੀਂ ਹੈ ਦੈਨ ਚੀਫ ਜਸਟਿਸ ਆਫ ਹਾਈ ਕੋਰਟ। ਸੋ ਇਹ ਕਰਨੋਲੋਜੀ ਹੈ, ਬਟ ਇੱਥੇ ਪੁੱਛਿਆ ਕੀ ਹੈ ਕਿ ਐਕਟਿੰਗ ਸੀ ਜੀ ਆਈ ਨੂੰ ਕੌਣ ਅਪੁਆਇੰਟ ਕਰਦਾ? ਦੈਨ ਦਾ ਰਾਈਟ ਆਂਸਰ ਵਿਲ ਬੀ ਪ੍ਰੈਜ਼ੀਡੈਂਟ ਆਫ ਇੰਡੀਆ। ਸੋ ਨੈਕਸਟ ਕੁਸ਼ਚਨ ਇਜ਼, ਵਿਚ ਆਫ ਦਾ ਫੋਲੋਇੰਗ ਲੈਂਗੁਏਜਿਸ ਇਜ਼ ਨੋਟ ਮੈਨਸ਼ਨਡ ਇਨ ਦਾ 8th ਸ਼ਡਿਊਲ? 8th ਸ਼ਡਿਊਲ ਕਿਹਦੇ ਨਾਲ ਐਸੋਸੀਏਟਡ ਹੈ? ਲੈਂਗੁਏਜਿਸ ਨਾਲ। ਇਸ ਵਾਰ UPSC ਨੇ ਵੀ ਪੁੱਛਿਆ 71st ਕੰਸਟੀਟਿਊਸ਼ਨਲ ਅਮੈਂਡਮੈਂਟ ਐਕਟ ਦੇ ਵਿੱਚ ਕਿਹੜੀ ਕਿਹੜੀ ਲੈਂਗੁਏਜਿਸ ਇਨਕੋਰਪੋਰੇਟ ਕੀਤੀਆਂ ਗਈਆਂ। ਤਾਂ ਦੇਖੋ ਬਹੁਤ ਈਜ਼ੀ ਕੁਸ਼ਚਨ ਹੈ 8th ਸ਼ਡਿਊਲ ਦੇ ਵਿੱਚ। ਜੇ ਤੁਹਾਨੂੰ ਪਤਾ ਮੈਥਾਲੀ ਐਂਡ ਨੇਪਾਲੀ ਇਹ ਦੋਨੋਂ ਲੈਂਗੁਏਜਿਸ ਨੇ ਜਿਹੜੀਆਂ, ਠੀਕ ਹੈ, ਇਹ ਲੈਂਗੁਏਜਿਸ ਐਡ ਕੀਤੀਆਂ ਗਈਆਂ। ਸੰਥਾਲੀ ਵੀ ਐਡ ਕੀਤੀ ਗਈ ਹੈ, ਬਟ ਭੋਜਪੁਰੀ 8th ਸ਼ਡਿਊਲ ਲੈਂਗੁਏਜ ਦਾ ਪਾਰਟ ਨਹੀਂ ਹੈ। ਜੇ ਤੁਸੀਂ ਦੇਖੋਗੇ, ਦੇਖੋ 21st, 71st, 92nd ਕੰਸਟੀਟਿਊਸ਼ਨ, ਇਹ ਤਿੰਨੋਂ ਅਮੈਂਡਮੈਂਟ ਲੈਂਗੁਏਜਿਸ ਨਾਲ ਐਸੋਸੀਏਟਡ ਨੇ। 21st ਅਮੈਂਡਮੈਂਟ ਦੇ ਵਿੱਚ ਕਿਹੜੀ ਲੈਂਗੁਏਜ ਐਡ ਕੀਤੀ ਗਈ? ਸਿੰਧੀ, 15th ਲੈਂਗੁਏਜ ਇੰਡੀਆ ਦੀ। 71st ਦੇ ਵਿੱਚ ਕਿਹੜੀ ਐਡ ਕੀਤੀ ਗਈ? ਦੈਟ ਇਜ਼ ਮਨੀਪੁਰੀ, ਨੇਪਾਲੀ ਐਂਡ ਕੋਨਕਨੀ। ਦੇਖੋ ਇਹ ਆਪਸ਼ਨਸ ਨੇ। 92nd ਅਮੈਂਡਮੈਂਟ ਦੇ ਵਿੱਚ ਕਿਹੜੀ ਐਡ ਕੀਤੀ ਗਈ? ਬੋਡੋ, ਡੋਂਗਰੀ, ਸੰਥਲੀ ਐਂਡ ਮੈਥਲੀ। ਸੋ ਭੋਜਪੁਰੀ ਇਜ਼ ਨੋਟ ਦਾ ਰਾਈਟ ਆਂਸਰ ਟੂ ਇਟ। ਸੋ ਸੀ, ਤਾਂ ਆਹ ਸਾਰੀ ਯਾਦ ਰੱਖਣੀ ਹੈ ਤੁਸੀਂ, ਅਮੈਂਡਮੈਂਟਸ ਨੇ ਜਿਹੜੀ। ਨਾਓ ਨੈਕਸਟ ਕੁਸ਼ਚਨ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਇਜ਼ ਨੋਟ ਕਰੈਕਟ? ਕੁਸ਼ਚਨ ਇਜ਼ ਔਨ JPSC। ਤਾਂ ਦੇਖੋ ਤਿੰਨ ਬੋਡੀਜ਼ ਹੁੰਦੀਆਂ, UPSC, SPSC ਐਂਡ JPSC, ਠੀਕ ਹੈ। UPSC ਕੀ ਹੈ? ਕੌਨਸਟੀਟਿਊਸ਼ਨਲ ਬੋਡੀ। SPSC ਕੀ ਹੈ? ਕੌਨਸਟੀਟਿਊਸ਼ਨ। JPSC ਇਜ਼ ਨੋਟ ਏ ਕੌਨਸਟੀਟਿਊਸ਼ਨਲ ਬੋਡੀ। ਸੋ ਚੇਅਰਮੈਨ ਆਫ JPSC ਇਜ਼ ਅਪੁਆਇੰਟਡ ਬਾਈ ਪ੍ਰੈਜੀਡੈਂਟ, ਬਿਲਕੁਲ ਸਹੀ। ਇਹ ਮੈਂਬਰ ਆਫ JPSC ਹੋਲਡ ਆਫਿਸ ਫੋਰ ਏ ਟਰਮ ਆਫ 6 ਈਅਰਸ ਫੋਰ ਦਾ ਡੇਟ ਅਪੋਨ ਵਿੱਚ ਹੀ ਐਂਟਰਸ ਅਪੋਨ ਇਜ਼ ਆਫਿਸ ਔਰ ਅਨਟਿਲ ਹੀ ਅਟੇਨਸ ਦਾ ਏਜ ਆਫ 65 ਈਅਰਸ, ਵਿਚ ਇਜ਼ ਫਾਲਸ। ਦੇਖੋ UPSC ਦੇ ਮੈਂਬਰ ਜਾਂ ਚੇਅਰਮੈਨ ਨੇ ਰਿਟਾਇਰਡ ਕਰਨਾ ਹੈ ਤਾਂ ਕਿੰਨੀ ਏਜ ਦੇ ਵਿੱਚ ਕਰੂਗਾ? 65। ਇੱਥੇ ਕਿੰਨਾ? 62। JPSC ਦੇ ਕੇਸ 'ਚ ਵੀ ਕੀ ਹੈ? 62। ਇੱਥੇ ਕੀ ਲਿਖਿਆ? 65 ਈਅਰਸ, ਵਿਚ ਇਜ਼ ਕੰਪਲੀਟਲੀ ਫਾਲਸ। ਤਾਂ ਨੋਟ ਕਰੈਕਟ ਪੁੱਛਿਆ, ਆ ਰਾਈਟ ਆਂਸਰ ਆ ਜੋ। ਦੈਨ ਕੀ ਮੈਂਸ਼ਨ ਹੈ? ਦੇਖੋ, 1/2 ਆਫ ਮੈਂਬਰਸ ਆਫ ਐਵਰੀ ਪਬਲਿਕ ਸਰਵਿਸ ਕਮਿਸ਼ਨ ਸ਼ੈਲ ਬੀ ਪਰਸਨਸ ਹੂ ਐਟ ਦਾ ਡੇਟਸ ਆਫ ਦੇ ਰਿਸਪੈਕਟਿਵ ਅਪੁਆਇੰਟਮੈਂਟਸ ਹੈਲਡ ਆਫਿਸ ਫੋਰ ਐਟਲੀਸਟ 10 ਈਅਰਸ, ਬਿਲਕੁਲ ਸਹੀ ਹੈ, ਠੀਕ ਹੈ। ਇਹ ਹਰ ਕਮਿਸ਼ਨ ਦਾ ਪਾਰਟ ਹੈ। JPSC ਮੈਂਬਰ ਨੇ ਜੇ ਰਿਜ਼ਾਈਨ ਕਰਨਾ ਤਾਂ ਉਹ ਕਿਹਨੂੰ ਕਰ ਸਕਦਾ ਹੈ? ਪ੍ਰੈਜ਼ੀਡੈਂਟ ਆਫ ਇੰਡੀਆ। ਤਾਂ ਤੁਸੀਂ ਇਹ ਪਾਰਟ 14 ਦੇ ਵਿੱਚ ਆਉਂਦੇ ਆ ਸਰਵਿਸਿਜ਼, UPSC, SPSC, JPSC, ਇਹਨਾਂ ਨੂੰ ਚੰਗੀ ਤਰ੍ਹਾਂ ਦੇਖੋ ਐਂਡ ਬੜਾ ਇੰਪੋਰਟੈਂਟ ਹੈ ਪੋਲਿਟੀ ਪ੍ਰੈਪਰੇਸ਼ਨ ਦੇ ਲਈ, ਕਿਉਂਕਿ ਦੇਖੋ ਇੱਕ ਕੋਰ ਏਰੀਆਜ਼ ਹੁੰਦੇ ਨੇ, ਜਿਵੇਂ ਜ਼ਿਆਦਾਤਰ ਬੱਚੇ ਨਾ ਪਾਰਲੀਮੈਂਟ, ਯੂਨੀਅਨ ਐਗਜ਼ੀਕਿਊਟਿਵ, ਫੰਡਾਮੈਂਟ ਰਾਈਟਸ, ਇਹ ਚੀਜ਼ਾਂ ਪੜ੍ਹਦੇ ਨੇ, ਬਟ ਲਾਰਜਲੀ ਤੁਸੀਂ ਦੇਖੋਗੇ ਹੁਣ ਕੁਸ਼ਚਨਸ ਨੇ ਨਾ ਜਿਹੜੇ ਉੱਥੋਂ ਆ ਰਹੇ ਨੇ ਜਿੱਥੇ ਬੱਚਾ ਲਾਰਜਲੀ ਇਗਨੋਰ ਕਰਦਾ, ਪਾਰਟਸ, ਸ਼ਡਿਊਲਸ, ਲੈਂਗੁਏਜਿਸ, ਕਮਿਸ਼ਨਸ, ਐਮਰਜੈਂਸੀ ਪਾਰਟ। ਸੋ ਆਲ ਦੀਸ ਥਿੰਗਸ ਆਰ ਵੈਰੀ ਇੰਪੋਰਟੈਂਟ, ਠੀਕ ਹੈ ਜੀ। ਸੋ ਇਹ ਤੁਹਾਡੇ 13 ਕੁਸ਼ਚਨਸ ਉਸ ਦੇਅਰ ਵਿਚ ਉਸ ਆਸਟ ਇਨ 2013। ਸੋ ਆਲ ਕੁਸ਼ਚਨਸ ਵਰ ਵੈਰੀ ਕੁਆਲੀਟੇਟਿਵ, ਠੀਕ ਹੈ। ਤਾਂ ਐਵੇਂ ਹੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਮਿਲਦੇ ਹਾਂ ਕਿ ਇਨ 2015 ਵਿੱਚ PCS ਐਜ਼ ਆਸਟ। ਤਾਂ ਤੁਸੀਂ ਇਸ ਤਰੀਕੇ ਨਾਲ ਆਪਣੀ ਪੜ੍ਹਾਈ ਨੂੰ ਕੰਟੀਨਿਊ ਕਰੋ ਐਂਡ ਇਫ ਯੂ ਵਾਂਟ ਟੂ ਜੁਆਇਨ ਦਾ ਟੈਸਟ ਸੀਰੀਜ਼ ਯੂ ਕੈਨ ਕਾਲ ਅਸ ਐਟ ਦਾ ਗਿਵਨ ਨੰਬਰ, ਰਾਈਟ। ਐਂਡ ਬੈਸਟ ਆਫ ਲੱਕ ਫੋਰ ਯੋਰ ਪ੍ਰੈਪਰੇਸ਼ਨ ਐਂਡ ਵੇਟ ਨਾ ਕਰੋ ਨੋਟੀਫਿਕੇਸ਼ਨ ਦੀ।
ਇਟ ਕੈਨ ਬੀ ਆਊਟ ਐਨੀ ਟਾਈਮ ਸੂਨ, ਤਾਂ ਸਟਰੈਂਥਨ ਕਰੋ ਆਪਣੀ ਪ੍ਰੈਪਰੇਸ਼ਨ ਨੂੰ, ਐਂਡ ਗੁੱਡ ਬਾਏ, ਬੈਸਟ ਵਿਸ਼ਿਜ਼ ਟੂ ਆਲ ਆਫ ਯੂ, ਥੈਂਕ ਯੂ।